ਮਾਰ ਮੁੰਡੇ ਕਰਨ ਜਾਣਾ ਤੂੰ ਰੋਟੀਆਂ ਪਕਾਵੀਆਂ ਬਾਜੀ ਨੂੰ। बिस्मिल्लाहिर्रहमानिर्रहीम अस्सलाम वालेकुम सब सुनने वालों को और देखने वालों को, उम्मीद करता हूँ आप ठीक ठाक हो गए। अगर आपने हमारे चैनल को सब्सक्राइब नहीं किया सब्सक्राइब कर लेता कि हर न्यू ब्लॉग आप तक पहुँच सके, क्योंकि वो थोड़ा जब मसला आएगा वो हल करा जा रहे हैं। अगर तुझे दुआ करनी है कि वो हो जाए, हो गया कि तो थोड़े ना शेयर करांगे, बस तुझे दुआ करनी है कि वो काम कि मेरा हल हो जाए। ਦੁਆ ਤਾਂ ਬੜੀ ਕਰਦੇ ਪਏਗੇ, ਅੱਲਾ ਖੈਰ ਕਰੇਗਾ ਅਤੇ ਅੱਲਾ ਨੂੰ ਯਾਦ ਕਰਕੇ ਹੁਣ ਜਾਣ ਲੱਗੇ ਹੈਗੇ, ਕਿਉਂਕਿ ਉਹਨਾਂ ਨਾਲ ਫੋਨ 'ਤੇ ਰਾਬਤਾ ਕੀਤਾ ਸੀ। ਉਹਨਾਂ ਨੇ ਕਿਹਾ ਉਹ ਕੰਮ ਫਿਰ ਇੱਥੇ ਆਇਆ ਹੁਣ ਹੈਗਾ, ਇਸ ਕਰਕੇ ਸਾਨੂੰ ਕਿਹੜਾ ਹੈਗਾ ਅਚਾਨਕ ਜਾਣਾ ਪਿਆ। ਹੁਣ ਟਾਈਮ ਵੀ ਤੂੰ ਕਾਫੀ ਹੋਇਆ ਖਿਲਾ ਗਿਆ, ਤਕਰੀਬਨ 4 ਵਜੇ ਹਲੇ ਨੇ ਅਤੇ ਨਿਕਲਣ ਲੱਗੇ ਹੈਗੇ, ਹਾਲੇ ਤੁਹਾਨੂੰ ਸਾਨੂੰ ਕੋਈ ਅੱਧਾ ਘੰਟਾ ਲੱਗ ਜਾਣਾ, ਕਿਉਂਕਿ ਜੇ ਪੈਸੇ ਵੀ ਨਹੀਂ ਹੈਗੇ, ਪੈਸੇ ਕਿਸੇ ਕੋਲ ਮੰਗੇ ਹੈਗੇ ਨੇ। ਉਹਨੇ ਕਿਹਾ ਕੋਈ ਅੱਧੇ ਘੰਟੇ ਤੀਕਰ ਮਾਨਣਾ ਅਤੇ ਦੇਣਾ ਹੈਗਾ। ਮੈਂ ਉਹਨੂੰ ਕਿਹਾ ਮੈਂ ਕੱਲ੍ਹ ਵਾਪਸ ਆ ਕੇ ਦੇ ਦਿਆਂਗਾ, ਕਿ ਕੋਈ ਕੰਮ ਜ਼ਰੂਰੀ ਹੈਗਾ, ਇਸ ਵਜ੍ਹਾ ਤੂੰ ਕਿਹੜਾ ਜਾਂਦੇ ਪਏ ਹੈਗੇ ਆ। ਅਤੇ ਤੁਸੀਂ ਦੁਆ ਲਾਜ਼ਮੀ ਕਰਨੀ ਹੈਗੀ ਸਾਡੇ ਵਾਸਤੇ, ਕਿਉਂ ਅਤੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਉਹ ਕੰਮ ਹੋ ਜਾਏਗਾ ਨਾ, ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿਹੜੇ ਕੰਮ ਵਜ੍ਹਾ ਦੀ ਵਜ੍ਹਾ ਤੋਂ ਮੈਂ ਗਿਆ। ਰਸਤੇ ਕਲਿੱਪ ਨਹੀਂ ਬਣਾ ਸਕਿਆ, ਕਿਉਂਕਿ ਸੂਰਜ ਕਿਹੜਾ ਹੈਗਾ ਸੀ ਨਾ, ਬਿਲਕੁਲ ਮੇਰੀ ਬੈਕ ਸਾਈਡ 'ਤੇ ਹੈਗਾ ਸੀ, ਇਸ ਕਰਕੇ ਨਹੀਂ ਬਣਾ ਸਕਿਆ। ਚੜ੍ਹਾਈ ਕਰਦੇ ਪਿਆ, ਕਿਉਂਕਿ ਅੱਗੋਂ ਰਾਹ ਕਿਹੜਾ ਹੈਗਾ ਉਹ ਵੀ ਉਸ ਤਰ੍ਹਾਂ ਕਾਰਗੁਰ ਨਜ਼ਰ ਨਹੀਂ ਆ ਰਿਹਾ। ਹਾਲ ਹੀ ਬੰਦਾ ਬਹੁਤ ਠੰਡਾ ਹੈਗਾ, ਲੇਕਿਨ ਸ਼ਾਮ ਤੋਂ ਬਾਅਦ ਇਹਨੇ 2 ਮਿੰਟ ਇੱਥੇ ਦਰਿਆ 'ਤੇ ਖੜ੍ਹੇ ਹੋ ਗਏ ਹੋਏ ਹਾਂ, ਕਿਉਂਕਿ ਘਰੂ ਚੱਲੇ ਹੈਗੇ ਆ, ਰਸਤੇ ਸਾਹ ਨਹੀਂ ਲਿਆ ਹੈਗਾ ਸੀ, ਅਤੇ ਮੈਂ ਕਿਹਾ ਇੱਥੇ 2 ਮਿੰਟ ਖੜ੍ਹੇ ਹੋ ਜਾਂਦੇ ਹੈਗੇ ਆ, ਵੇਖ ਸਕਦੇ ਤੁਸੀਂ ਦਰਿਆ ਪਹੁੰਚ ਗਿਆ ਬੈਠੇ ਹੋਏ ਨੇ। ਬੇਗਮ ਸਾਹਿਬਾਂ ਕਿਹੜੇ ਹੈਗੇ ਆ ਅਤੇ ਬਾਜੀ ਏਰੀ ਹਾਂਡੀ ਬਣਾਉਂਦੇ ਪਏ ਗਏ, ਕਿਉਂ ਇਹ ਵੀ ਲੇਟ ਹੋ ਗਏ ਸੀ, ਸਾਡਾ ਪਤਾ ਨਹੀਂ ਹੈਗਾ ਸੀ ਆਉਣਾ ਕਿ ਨਹੀਂ, ਤੋ ਇਸ ਕਰਕੇ ਉਹਨਾਂ ਨੇ ਬਣਾਈ ਨਹੀਂ। ਕਿਆ ਪੂੰਡੀਆਂ ਤੈਨੂੰ ਕੀ ਆਉਂਦੀ, ਉਹਦੇ ਉੱਤੇ ਕੋਈ ਸ਼ਾਇਦ ਦੇ ਦੇਣਾ, ਵੇ ਪੂੰਡੀ ਨਾ ਡਿੱਗ ਪਏ। ਓਏ ਇੱਧਰ
ਭਾਈ ਸਾਹਿਬ ਤਾਂ ਦੀ ਵਜ੍ਹਾ ਤੋਂ ਹੀ ਆਇਆ ਲੇਟ, ਕਿਉਂਕਿ ਇਹਨਾਂ ਨਾਲ ਕੰਮ ਹੈਗਾ ਸੀ ਅਤੇ ਇਹਨਾਂ ਦੀ ਵਜ੍ਹਾ ਤੋਂ ਆਇਆ। ਇਹਨਾਂ ਕਿਹਾ ਤੁਸੀਂ ਆਏ ਤਾਂ ਇੱਥੇ ਕੰਮ ਹੋਣਾ ਹੈਗਾ, ਹੁਣ ਉਹ ਕੰਮ ਕਰਨ। ਹਾਂਜੀ ਆ ਗਏ, ਬਸ ਠੀਕ। ਰਾਤ ਦੇ ਕਿਹੜੇ ਹੈਗੇ ਆ ਭਾਈ ਸਭ ਤੋਂ ਕੋਈ ਹੈਗੇ ਆ ਕਿਹੜਾ ਵੀ ਤੁਹਾਨੂੰ ਦੱਸਿਆ ਸੀ ਕੰਮ ਕਰਵਾਉਣਾ ਸੀ, ਉਹਲਾ ਕੀਤਾ ਹੈਗਾ, ਕੁਛ ਹੋ ਗਿਆ, ਕੁਛ ਥੋੜ੍ਹਾ ਜਿਹਾ ਰਹਿ ਗਿਆ ਅਤੇ ਇਕੱਲਾ ਕਰੇਗਾ, ਹੋ ਜਾਏਗਾ। ਅਤੇ ਬਲਾਲ ਭਾਈ ਕਿਹੜੇ ਹੈਗੇ ਨੇ ਉਹ ਕੰਮ ਕਰਨ ਲੱਗੇ ਹੋਏ ਨੇ, ਆ ਕਾ ਜਿਹਾ ਕਿਹੜਾ ਹੈਗਾ ਉਹ ਫੁੱਟਿਆ ਹੋਇਆ ਸੀ, ਉਹ ਟੁੱਟੀ ਜਾਂਦੇ ਹੈਗੇ ਨੇ। ਤੂੰ ਰੋਟੀਆਂ ਪਕਾਵੀਆਂ ਬਾਜੀ ਨਾਲ ਸਾਰੇ ਬਰਾਬਰ ਹੋ ਗਿਆ ਸੀ, ਅਤੇ ਉਹ ਕਿਹੜਾ ਹੈਗਾ ਮੋਨੀਟਾਈਜ਼ਰ ਕਰਾਉਣ ਆਇਆ ਸੀ, ਅਤੇ ਉਹ ਲੱਗ ਜਾਏਗਾ ਮੋਨੀਟਾਈਜ਼ਰ ਹੋ ਗਿਆ ਹੋਇਆ, ਅਤੇ ਆਹ ਥੋੜ੍ਹੀ ਜਿਹੀ ਲੱਗ ਗਈ ਸੀ ਅਤੇ ਨਾਲੇ ਉਹਨਾਂ ਨੇ ਦਿੱਤਾ ਹੋਇਆ ਵਾਪਸ ਹੈਗੇ ਨੇ, ਉਹਨਾਂ ਨੇ ਨਾ ਜੋ ਸਾਥ ਦਿੱਤਾ ਉਹਨਾਂ ਆ ਗਿਆ, ਉਹਨਾਂ ਕੋਲ ਪਲਾਨ ਖਾਲੀ ਦਿੱਤਾ ਹੋਇਆ, ਉਹ ਧਿਆਨ ਕੇ ਬਹਿ ਜਾਓ ਇੱਕ ਵੀ ਹੁਣ ਵੀ ਕਹਿੰਦੇ ਕਿ ਤੁਸੀਂ ਇਹ ਜਾਓ ਦੇਖ ਕੇ ਕਿਹੜਾ ਹੈਗਾ ਨਾ ਇਹ ਜਿਹੜੇ ਹੈਗੇ ਨੇ ਦਸ ਬਾਰਾਂ ਦਿਨ ਦਿਓ ਅਤੇ ਵਾਪਸ ਆ ਜਾਓ, ਜੋ ਕਹਿੰਦੇ ਜਲਦੀ ਆਓ, ਉਹਨਾਂ ਉਹਨਾਂ ਦਾ ਬਾਗ ਜਿਹੜਾ ਦਿੱਤਾ ਹੋਇਆ ਉਹ ਨਹੀਂ ਬਣਾਉਣਾ ਹੈਗਾ ਸੱਚਾ ਘਰ ਨਾਲ ਉਹ ਹੈਗੇ ਨੇ ਅਤੇ ਨਾਲ ਹੀ ਦੋ ਫੈਮਲੀ ਹੋਣਾ ਹੈਗਾ, ਇੱਕ ਟਾਈਮ ਉਹ ਬਣਾ ਲਿਆ ਕਰਨਗੇ, ਇੱਕ ਟਾਈਮ ਇਹ ਲਾ ਲਗੇ ਇਹ ਕਰਨਾ ਹੈਗਾ, ਕੋਈ ਕਿਹੜਾ ਹੈਗਾ ਮਾਟਾ ਕਰਨਾ ਹੈਗਾ, ਅਤੇ ਇਸ ਕਰਕੇ ਵਾਪਸ ਆਉਣ ਲੱਗੇ ਹੈਗੇ, ਕਹਿੰਦਾ ਤੂੰ ਉੱਥੇ ਰਹਿ ਕੇ ਕਿਸੇ ਨੂੰ ਕੁਛ ਨਹੀਂ ਮਾਰ ਸਕਦਾ ਹੈਗਾ, ਵਾਪਸ ਆਇਆ ਅਤੇ ਇਸ ਕਰਕੇ ਮੈਂ ਕਹਿੰਦਾ ਹੈਗਾ ਹੋਰ ਜਾ ਕੇ ਆਪਣੇ ਬੈਂਕਾਂ ਨੂੰ ਮੈਂ ਚੁੱਕਾ ਦੇਣਾ ਹੈਗਾ, ਮੈਂ ਮਹੀਨਾ ਪੱਕਾ ਕਰਨਾ ਹੈਗਾ। ਅਲਹਮਦੁਲਿਲਾ ਪਹੁੰਚ ਗਏ ਹੋਏ ਹੈ ਆਪਣੇ ਸਸਰਾਲ, ਪਹੁੰਚ ਗਿਆ ਹੋਇਆ, ਨੋਣੇ 'ਤੇ ਬੈਠੇ ਹੈ, ਕੋਈ ਵੇਹਨੇ ਹੈ ਅੱਜ ਅਸੀਂ
ਫਿਰ ਜਾਣਾ ਹੀ ਰਹਿਣਾ ਨਹੀਂ ਹੈਗਾ ਕਿਉਂਕਿ ਸਵੇਰੇ ਕੰਮ 'ਤੇ ਜਾਣਾ ਹੈਗਾ। ਅੱਗੋਂ ਫਿਰ ਮਹਿਫਲ ਮਿਲਾ 'ਤੇ ਆਉਣਾ ਪੈਣਾ ਕਿ ਕਿੰਨਾ ਕੁ ਲਈ ਆਇਆ ਹੈਗੇ ਸੀ ਯਾਰ ਯੂਟਿਊਬ ਦਾ ਕੰਮ ਕਰਵਾਉਣ ਉਹ ਨਾ ਮਿਲਾ ਤਾਂ ਹੈਗੀ ਨਾ 28 ਤਰੀਕ ਨੂੰ ਉਦੋਂ ਫਿਰ ਸਾਨੂੰ ਆਉਣਾ ਪੈਣਾ ਹੈਗਾ ਅਤੇ ਫਿਰ ਆ ਟਿੱਕੇ ਜਾਣਾ ਹੈਗਾ ਅਤੇ ਫਿਰ ਸਾਨੂੰ ਪੱਕਿਆਂ ਪੱਕਿਆਂ ਨਹੀਂ ਆਉਣਾ ਪੈਣਾ ਹੈਗਾ ਕਿਉਂਕਿ ਮਹੀਨਾ ਪੂਰਾ ਕਰਕੇ ਪਹਿਲੇ ਮਹੀਨਾ ਪੂਰਾ ਹੋ ਜਾਂਦਾ ਮਹੀਨਾ ਪੂਰਾ ਕਰਕੇ ਅਤੇ ਜੀ ਵਾਪਸ ਆ ਜਾਣਾ ਹੈਗਾ ਜੀ ਕਿਹੜਾ ਹੈਗਾ ਯੂਟਿਊਬ 'ਤੇ ਕੰਮ ਕਰਨਾ ਹੈਗਾ ਇਨਸ਼ਾਅੱਲਾ ਵਾਪਸ ਆ ਜਾਣਾ ਹੈਗਾ।